राजी खोर वो इतिहास रच दिता है कि सीएम खुद चल के आया जे साढ़े 12-13 दिन होए हैं उन्होंने सीएम बने तू लगता नहीं है कि सीएम कि कोई नहीं है साढ़ा सीएम अपना सीएम बनया जी पहले जो पंजाब के लोग ने वो दो गल बहुत चंगी तरह इंजॉय करते हैं एक संगीत न एक कॉमेडी बस जी साड़ी फिल्म इंडस्ट्री काफ़ी तरक्की कर चुकी है बिल्कुल काफ़ी सालों तो यह पैरों पार है इस तरह के समागम होंगे रहन ताकि आर्टिस्टा नू डायरेक्टर्स नू या जिन्हें भी काम करते सारे का हौसला अफजाई हो सके। पंजाबी यूनिवर्सिटी के विच माल साहब शिवेंद्र महल बहुत उगे कलाकार साढ़े मौजूद ने ते जानना चाहते हैं कि भी अज पंजाबी इतिहास के जड़ी चीज़ दर्ज हो रही है वह है पंजाबी फिल्मा ते बॉलीवुड हुण किन्नी क अपनी उचाइयां ते पहुँच रहा ये गल करना चाहते हैं। शिखरां ते पहुँची हुई है पंजाबी फिल्म इंडस्ट्री और अज एक होर वो इतिहास रच दिता है कि सीएम खुद चल के आया जे साढ़े 12-13 दिन होए हैं उन्होंने सीएम बने तो अज पंजाबी फिल्म अपना यूनिवर्सिटी पटियाला दे विच आ गए ने और साड़ी पिपटा का जड़ा एसोसीएशन जड़ी हैगी साड़ी उहदा जड़ा एडा वड्डा फंक्शन सी अज 29th of March असी मनाया सिनेमा डे हुंदा है एवरी 29th of March नूं सिनेमा डे हुंदा है अज असी मनाया 27, 28, 29 नूं अज हैगा ते तुसी देख ही रहे हो अज किन्नियां खुशियां होईयां किन्ने सारे जिन्ने चाहण वाले सीगे होए तुहानूं लगदा नहीं हैगा कि सीएम किहदा कोई नहीं है साडा सीएम अपना सीएम बनिया जी पहली बार कई फिल्मां वी कीतीआं मेरे नाल कीतीआं मेरी तां इक फिल्म च नैशनल अवार्ड मिलिया सी जग्गी और भगवंत मान जी उहदा नां सी मैं मां पंजाब दी बिल्कुल ते 97 च रिलीज़ होई सीगी उहदे विच इहनां दा बहुत ही बड़ा योगदान सी आई वॉज द हीरो इन दैट फिल्म बिल्कुल दूसरी सीगी गुरदास साहब दी सुखमणी ਸੁਖਮਣੀ ਉਹ ਅਸੀਂ ਫਿਰ ਹਿਮਾਚਲ 'ਚ ਕੀਤੀ ਸੀ ਜਾ ਕੇ ਅਸੀਂ ਇਕੱਠੇ ਹੁੰਦੇ ਸੀਗੇ ਨਾਲ ਨਾਲ ਦੇ ਕਮਰੇ ਸੀ ਸਾਡੇ ਸ਼ਾਮ ਨੂੰ ਅਸੀਂ ਮਿਲਦੇ ਸਾਰਾ ਦਿਨ ਸ਼ੂਟਿੰਗ ਵੀ ਇਕੱਠਿਆਂ ਨੇ ਕਰਨੀ ਬਸ ਇਸ ਤਰ੍ਹਾਂ ਕਰਕੇ ਸੀਗੇ ਬਸ ਇੱਕ ਲਾਸਟ ਕੁਐਸਚਨ ਹਾਂਜੀ ਕਿ ਵੀ ਹੁਣ ਆਉਣ ਵਾਲੀਆਂ ਕਿਹੜੀਆਂ ਕਿਹੜੀਆਂ ਫਿਲਮਾਂ ਮੇਰੀਆਂ 8-9 ਫਿਲਮਾਂ ਹੈ ਜਿਹੜੀਆਂ ਰਿਲੀਜ਼ਿੰਗ ਤੇ 3-4 ਸੈੱਟ ਦੇ ਉੱਤੇ ਹੈ ਜੀ ਤੇ ਇੱਕ ਤਾਂ ਆਪਣਾ ਜਸਵਿੰਦਰ ਭੱਲਾ ਤੇ ਮੇਰੀ ਹੈ ਕਾਮੇਡੀ ਫਿਲਮ ਹੈ ਯਾਰਾਂ ਦੀਆਂ ਪੌ 12 ਜਿਹੜੀ ਉਪਾਸਨਾ ਨੇ ਬਣਾਈ ਹੈ ਜੀ ਤੇ ਦੂਸਰੀ ਹੈ ਫਿਰ ਉਹਦੇ ਵਿੱਚ ਵੀ ਆਪਣਾ ਕਾਮੇਡੀ ਫਿਲਮੀ ਹੈ ਆਪਣਾ ਦਿਲ ਹੋਣਾ ਚਾਹੀਦਾ ਜਵਾਨ ਫਿਰ ਮੁਕੱਦਰ ਤੇ 3-4 ਫਿਲਮਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਾਮੇਡੀ ਨੇ ਬਾਕੀ ਆਮ ਮਰਰਾ ਦੀ ਜਿਸ ਤਰ੍ਹਾਂ ਦੀ ਲਾਈਫ ਦੀ ਚੱਲ ਰਹੀਆਂ ਨੇ ਉਹ ਹੈਗੀਆਂ ਜਿਵੇਂ ਰੁੱਤਾਂ ਬਦਲਦੀਆਂ ਨੇ ਇਵੇਂ ਜਿਵੇਂ ਬੰਦੇ ਦਾ ਸੁਭਾਅ ਬਦਲਦਾ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੈਸੇ ਤਾਂ ਸਾਡੇ ਉੱਤੇ ਪੱਛਮ ਦਾ ਬਹੁਤਾ ਜ਼ਿਆਦਾ ਪ੍ਰਭਾਵ ਪੈ ਗਿਆ ਹੈ ਜੀ ਕਿਉਂਕਿ ਅਸੀਂ ਆਪਣੇ ਸੰਗੀਤ ਨੂੰ ਜਿਹੜਾ ਪੰਜਾਬੀ ਸੰਗੀਤ ਜਿਹੜਾ ਸਹੀ ਮਾਨੇ 'ਚ ਲੋਕ ਸੰਗੀਤ ਸੀਗਾ ਉਹਨੂੰ ਅਸੀਂ ਪੱਛਮ ਦੇ ਸੰਗੀਤ ਨਾਲ ਰਲਗੱਡ ਕਰਕੇ ਬਹੁਤੇ ਸਾਜ਼ ਵਜਾ ਕੇ ਅਸੀਂ ਉਹਨੂੰ ਥੋੜ੍ਹਾ ਜਿਹਾ ਲਹੂ ਲੁਹਾਣ ਕੀਤਾ ਹੋਇਆ ਇਸ ਵਾਰ ਕੀ ਬਦਲਾਅ ਦੇਖਿਆ ਜਾਏਗਾ ਕਿਉਂਕਿ ਆਪ ਮੁੱਖ ਮੰਤਰੀ ਪੰਜਾਬ ਪੰਜਾਬੀ ਦੀ ਦੇਖੋ ਜਿਹੜੇ ਪੰਜਾਬ ਦੇ ਲੋਕ ਨੇ ਉਹ ਦੋ ਗੱਲਾਂ ਬਹੁਤ ਚੰਗੀ ਤਰ੍ਹਾਂ ਇੰਜੋਏ ਕਰਦੇ ਨੇ ਇੱਕ ਸੰਗੀਤ ਨੂੰ ਇੱਕ ਕਾਮੇਡੀ ਨੂੰ ਔਰ ਮੈਂ ਸਮਝਦਾ ਅੱਜ ਦੀਆਂ ਫਿਲਮਾਂ ਦੇ ਵਿੱਚ ਸੰਗੀਤ ਔਰ ਕਾਮੇਡੀ ਇਹਨਾਂ ਨੂੰ ਦੋਹਾਂ ਨੂੰ ਅੱਗੇ ਰੱਖ ਕੇ ਫਿਰ ਕੋਈ ਫਿਲਮ ਬਣਾਈ ਜਾਂਦੀ ਹੈ ਔਰ ਥੋੜਾ ਜਿਹਾ ਅੱਗੇ ਆਉਣ ਦੀ ਲੋੜ ਹੈ ਪੰਜਾਬੀ ਇੰਡਸਟਰੀ ਨੂੰ ਬਾਹ ਫੜਨ ਦੀ ਲੋੜ ਹੈ ਸਰਕਾਰਾਂ ਲੱਗਦਾ ਹੈ ਵੀ ਸਰਕਾਰਾਂ ਨੂੰ ਅੱਗੇ ਆਉਣ ਦੀ ਲੋੜ ਹੈ ਹਾਂ ਠੀਕ ਹੈ ਪਰ ਸਾਡੇ ਪੰਜਾਬ ਦੇ ਹਾਲੇ ਹੋਰ ਬੜੇ ਮਸਲੇ ਨੇ ਇਹ ਠੀਕ ਹੈ ਵੀ ਪੰਜਾਬੀ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਹੈ ਉਹਦੇ ਵਾਸਤੇ ਵੀ ਕੁਝ ਕਰਨਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਨੂੰ ਮਾਫੀ ਚਾਹਨਾ ਸਾਡੇ ਨਾਲ ਜਨਦੀਪ ਸਾਡੇ ਨਾਲ ਸੀ ਬਸ ਜੀ ਸਾਡੀ ਫਿਲਮ ਇੰਡਸਟਰੀ ਕਾਫੀ ਤਰੱਕੀ ਕਰ ਚੁੱਕੀ ਹੈ ਬਿਲਕੁਲ ਤੇ ਕਾਫੀ ਸਾਲਾਂ ਤੋਂ ਇਹ ਪੈਰਾਂ ਭਾਰ ਹੈ ਤੇ ਹੁਣ ਤਾਂ ਇਹ ਹੈ ਵੀ ਇਸ ਤਰ੍ਹਾਂ ਦੇ ਸਮਾਗਮ ਹੁੰਦੇ ਰਹਿਣ ਤਾਂ ਕਿ ਆਰਟਿਸਟਾਂ ਨੂੰ ਡਾਇਰੈਕਟਰਸ ਨੂੰ ਜਾਂ ਜਿੰਨੇ ਵੀ ਕੰਮ ਕਰਦੇ ਆ ਸਾਰਿਆਂ ਦਾ ਹੌਸਲਾ ਅਫਜ਼ਾਈ ਹੋ ਸਕੇ ਬਸ ਇਹੀ ਮਕਸਦ ਹੁੰਦਾ ਔਰ ਹੁਣ ਤਾਂ ਇਹ ਕਹਿ ਸਕਦੇ ਕਿ ਵੀ ਬਾਲੀਵੁੱਡ ਜਵਾਨ ਹੋ ਗਿਆ ਪੂਰਾ ਬਿਲਕੁਲ ਜੀ ਹੁਣ ਤਾਂ ਬਹੁਤ ਚੰਗੀ ਤਰੱਕੀ ਕਰ ਚੁੱਕਿਆ ਜੀ ਜੀ ਤੇ ਤੁਹਾਡੀ ਕੋਈ ਫੋਰਥਕਮਿੰਗ ਫਿਲਮਾਂ ਦੇ ਬਾਰੇ ਵੀ ਆਉਣ ਵਾਲੀ ਕਾਫੀ ਫਿਲਮਾਂ ਜੀ ਜਿਹਦੇ ਵਿੱਚੋਂ ਬਾਜਰੇ ਦਾ ਸਿੱਟਾ ਜੀ ਨਿਸ਼ਾਨਾ ਤੇਰੀ ਮੇਰੀ ਗੱਲ ਬਣ ਗਈ ਇੱਕ ਹੋਰ ਫਿਲਮ ਆ ਉਹਦਾ ਨਾਂ ਹਜੇ ਕਨਫਰਮ ਨਹੀਂ ਹੋਇਆ 4 ਫਿਲਮਾਂ ਤਿਆਰ ਹੈ ਜੀ ਸਮਾਗਮ ਦੇ ਵਿੱਚ ਆਏ ਹੋ ਫਿਲਮ ਇੰਡਸਟਰੀ ਬਾਲੀਵੁੱਡ ਹੁਣ ਅੱਜ ਮਾਸ਼ਾਅੱਲਾ ਜਵਾਨ ਹੋ ਚੁੱਕੀ ਹੈ ਜੀ 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 ਤੇ ਹੁਣ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਬਹੁਤ ਵਧੀਆ ਜੀ ਜੇ ਦੇਖੋ ਹਰ ਸਾਲ ਐਂ ਮਨਾਉਂਦੇ ਰਹੀਏ ਜੀ ਹੈ ਨਾ ਅਤੇ ਇਕੱਠੇ ਹੁੰਦੇ ਰਹੀਏ ਓਨਰ ਕਰਦੇ ਰਹੀਏ ਪੁਰਾਣੇ ਜਿਹੜੇ ਵੈਟਰਨਸ ਨੇ ਹੈ ਨਾ ਜੀ ਉਹ ਜੀ ਜੀ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਦਾ ਅਤੇ ਸਿਮਰ ਜੀ ਕੋਈ ਹੁਣ ਤੁਹਾਡੀ ਕੋਈ ਫੋਰਥਕਮਿੰਗ ਫਿਲਮ ਆ ਰਹੀ ਹੋਵੇ ਜਿਹਨੂੰ ਹੁਣ ਬਾਈ ਜੀ ਕੁੱਟਣਗੇ ਜੀ ਆ ਰਹੀ ਹੈ 27 ਮਈ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਫਿਲਮ ਫੈਸਟੀਵਲ ਦੇ ਦੌਰਾਨ
आम आदमी पार्टी के समाणा तो विधायक चेतन सिंह जौड़े माजरा साढ़े मौजूद ने। असी उन्हां नाल गल करते हैं कि भी वह की महसूस कर रहे हैं कि फिल्मों का इतिहास एक अज बुलंदियों के उत्ते पहुँच गया तो की वो कहना चाह रहे हैं। सब तो देखो जी स्वागत है, धन्यवाद जी, थोड़े चैनल का बहुत बहुत धन्यवाद। अज साढ़े पंजाब के सी एम साहब यूनिवर्सिटी जो फिल्मों का पिछले तीन दिन तो जो फैसटिवल चल रहा इतने उन्होंने शिरकत की है, सो बड़ा चंगा भी लग्या। और नौजवानों ने साड़िया बच्चिया ने बेटिया ने बड़े जोश नाल साढ़े सी एम साहब का स्वागत भी किया और उन्होंने यूनिवर्सिटी में जो कर्जा चढ़िया हुआ वो तो मुक्त करने की जी गलबात की है। सो आने वाले समय के जी यूनिवर्सिटी आ वो पूरी सोहनी सुनखी है, जी कर्जा रहत है जी मिलेगी। सो थोड़ा टाइम नाल ये सारा कुछ है जो चंगा होगा वधिया होगा। कि एजुकेशन और हेल्थ नूं डिवेलपमेंट करन दीआं पूरीआं प्लैनिंग्स हैगीआं सरकार दीआं ते उस नूं किस नज़र नाल तुसीं देख रहे हो? देखो जी जिहड़ी एजुकेशन आ इह भी साडी नीडी आ, जिहदे इहदे बिना सर नहीं सकदा, हैल्थ है उहदे बिना भी नहीं सर सकदा। सो प्रायोरिटी बेसिस ते जिहड़ियां इह दोनों चीज़ां ने जिहड़ा इहनां नूं पहल दे आधार ते जिहड़ा उत्ते चुक्किआ जाऊगा और चंगे जिहड़े टीचर ने उन्हां नूं जिहड़ा सिक्ख्या तों बिना होर किसे पासे उन्हां तों कम्म नहीं लिया जाऊगा, उह सिर्फ सिक्ख्या नाल ही संबंधित जिहड़े कम्म आ उह करनगे। इह सन चेतन सिंह जौड़े माजरा विधायक आम आदमी पार्टी दे, अतुल वर्मा कैमरामैन दे नाल प्रदीप शाही, D5 चैनल पंजाबी। D5 चैनल पंजाबी हुणे सबसक्राइब करो, बैल आइकन ते क्लिक करो। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com कानून जायदाद दा। होवेगी किसानां दी गल, नवी खेती मशीनां बीजां ते बागां दी गल, लेके चलांगे तुहानूं रंगले पंजाब दे खेतां वल। जल्द आ रिहा है साडा खास प्रोग्राम फार्मिंग विद अमरजीत वड़ैच, सिर्फ D5 चैनल पंजाबी ते। D5 चैनल पंजाबी हुणे सबसक्राइब करो, बैल आइकन ते क्लिक करो। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास